ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਡਾ ਕੀ ਨਾਮ ਹੈ ਮੈਂ ਨਾਮ ਜਸਵਿੰਦਰ ਸਿੰਘ ਹੈ ਜੀ ਤੁਸੀਂ ਕਿਹੜੇ ਪਿੰਡ ਤੋਂ ਹੋ ਵਾੜਾ ਕਾਲੀ ਰੌਣ ਤੋਂ ਜੀ ਹਾਂਜੀ ਤੁਸੀਂ ਖੇਤਾਂ ਦੇ ਬਾਰੇ ਦੇ ਕੀ ਜਾਣਕਾਰੀ ਚਾਹੁੰਦੇ ਹੋ ਰੇਤਾ ਦੀ ਮਾਈਨਿੰਗ ਬਾਰੇ ਮੈਡਮ ਲਗਭਗ ਸਾਡਾ ਪਿੰਡ ਜਿਹੜਾ ਨਾ ਇੱਥੋਂ 2 ਕਿਲੋਮੀਟਰ ਦੂਰ ਆ ਦਰਿਆ ਦੇ ਪਰਲੀ ਛੱਡ ਅਸੀਂ ਰਹਿ ਜੰਨੇ ਜੀ ਇਹ ਸਾਡੀ ਜ਼ਮੀਨ ਹੈ ਪਿੰਡ ਵਾੜਾ ਸੁਲੇਮਾਨ ਤੇ ਇਹ ਰਕਬਾ ਵਾੜਾ ਸੁਲੇਮਾਨ ਦਾ ਪੈਂਦਾ ਜੀ ਤਾਂ ਅਸੀਂ ਇੱਧਰ ਸਾਡੀ ਆਉ ਜਾਈ ਬਹੁਤ ਘੱਟ ਆ ਜਿੱਦਾਂ ਅਸੀਂ ਕਿਤੇ ਮਹੀਨੇ ਤੋਂ ਮਹੀਨੇ ਬਾਅਦ ਹੀ ਆਉਣਾ ਹੁੰਦਾ ਇੱਧਰ ਜੀ ਤੇ ਜ਼ਿਆਦਾਤਰ ਤਾਂ ਸਾਡੇ ਤੋਂ ਆ ਨਹੀਂ ਹੁੰਦਾ ਦਰਿਆ ਨਾਲ ਇਹ ਸਾਨੂੰ ਪਿੱਛੇ ਜੇ ਪੁੱਛ ਪਈ ਸੀ ਅਤੇ ਤੁਹਾਡੀ ਜ਼ਮੀਨ ਵੱਲੋਂ ਨਾਲੋਂ ਕੋਈ ਰੇਤਾ ਚੱਕਦਾ ਤਾਂ ਅਸੀਂ ਬਚਿੱਤਰ ਸਿੰਘ ਨੂੰ ਫੋਨ ਲਾ ਕੇ ਪੁੱਛਿਆ ਸੀ ਵੀ ਸਾਡੇ ਨੂੰ ਚੱਕਦੇ ਕਹਿੰਦੇ ਨਹੀਂ ਤੁਹਾਡੇ ਵਾਲੇ ਨੂੰ ਚੱਕਦੇ ਹੋਰ ਲੋਕਾਂ ਨੇ ਗੁਆਂਢੀਆਂ ਨੂੰ ਚੱਕਦੇ ਆ ਜਿੱਦਾਂ ਇਹ ਨਾਲ ਜ਼ਮੀਨ ਜਿਹੜੀ ਲੱਗਦੀ ਆ ਇਹ ਬਹਾਲ ਸਿੰਘ ਦੀ ਜ਼ਮੀਨ ਆ ਵੀ ਉਹਦਾ ਨਾਂ ਲੈਤਾ ਕਿ ਅਸੀਂ ਉਹਨਾਂ ਵੱਲੋਂ ਚੱਕਦੇ ਹਾਂ ਤਾਂ ਅਸੀਂ ਕਿਹਾ ਸ਼ਾਇਦ ਵੀ ਉਹਨਾਂ ਵਾਲੇ ਚੱਕਦੇ ਸਾਡੇ ਵੱਲੋਂ ਨਹੀਂ ਚੱਕਦੇ ਹੁਣ ਤੁਹਾਨੂੰ ਨਾਲ ਲੱਗਦਾ ਵੀ ਉਹਨਾਂ ਦਾ ਖਤਰਾ ਇਸ ਕਰਕੇ ਅਸੀਂ ਇੰਨੀ ਪੈਰਵਾਈ ਨਹੀਂ ਜ਼ਿਆਦਾ ਕੀਤੀ ਤਾਂ ਜਦੋਂ ਅੱਜ ਸਾਨੂੰ ਪਤਾ ਲੱਗਿਆ ਕਿ ਸਾਡੀ ਜ਼ਮੀਨ ਵੱਲੋਂ ਵੀ ਚੱਕਦੇ ਆ ਰੇਤਾ ਉਹਨਾਂ ਦੀ ਬਜਾਏ ਤਾਂ ਤੁਸੀਂ ਦੇਖ ਲਓ ਅੱਗੇ ਦਾ ਅੱਗੇ ਨਾਲ ਹੀ ਆ ਚੁੱਕ ਕੇ ਲੈ ਗਿਆ ਜਿੰਨੀ ਰੇਤਾ ਚੁੱਕੀ ਹੈ ਸਾਨੂੰ ਪੂਰੀ ਰਾਤ ਜਿਹੜੀ ਇਹ ਰੇਤਾ ਚੱਕੀ ਜਾਂਦੀ ਹੈ ਇਹ ਤੋਂ ਬਾਅਦ ਹੜ੍ਹਾਂ ਦੀ ਜਦੋਂ ਹੜ੍ਹਾਂ ਦੀ ਬਰਸਾਤ ਆਉਂਦੀ ਹੈ ਸੰਭਾਵਨਾ ਹੁੰਦੀ ਆ ਇਹ ਤਾਂ ਫਿਰ ਤੁਹਾਨੂੰ ਬਹੁਤ ਨੁਕਸਾਨ ਉਠਾਉਣਾ ਪੈਂਦਾ ਜੀ ਮੈਮ ਜਿੱਥੇ ਖੱਡ ਹੋ ਗਈ ਨਾ ਜਦੋਂ ਪਾਣੀ ਆਉਣਾ ਉਹਦੇ ਨਾਲ ਜਿੱਦਾਂ ਉੱਥੋਂ ਦਰਿਆ ਪੈ ਵੀ ਸਕਦਾ ਵੱਧ ਸਕਦਾ ਜੇ ਜ਼ਮੀਨ ਰਹਿੰਦੀ ਵੀ ਜ਼ਿਆਦਾ ਖਰਾਬ ਹੋ ਜਾਂਦੀ ਆ ਇਹਨਾਂ ਸਾਡੇ ਦੂਰ ਰਹਿਣ ਦਾ ਉਹਦਾ ਫਾਇਦਾ ਉਠਾ ਕੇ ਨਾ ਅਤੇ ਇਹ ਰਾਤ ਨੂੰ ਰੱਖਦੇ ਆ ਸਾਡੇ
ਭਈਏ ਭਾਜੀ ਦੀ ਡੈਥ ਹੋਈ ਆ ਉਹਦਾ ਕੀ ਨਾਮ ਸੀ ਹਾਂਜੀ ਤੁਸੀਂ ਉਹਨਾਂ ਦੀ ਵਾਈਫ ਹੋ ਕਿੰਨਾ ਚਿਰ ਹੋ ਗਿਆ ਤਾਂ ਇਹਨਾਂ ਨੂੰ ਇੱਥੇ ਬੜਾ ਚਿਰ ਹਾਂਜੀ ਨਿੱਕਿਆ ਨਿੱਕਿਆ ਸੀ ਜਦੋਂ ਇੱਥੇ ਰਹਿੰਦੇ ਆ ਇਹ ਜਿਹੜਾ ਮਕਾਨ ਆ ਇਹ ਕਿਹਨਾਂ ਦਾ ਵਾ ਅੱਛਾ 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 ਇਹ ਤੁਹਾਡੇ ਕੋਲ ਕਿੰਨੇ ਚਿਰ ਹੋ ਗਏ ਜੰਮੇ ਪਲੇ ਭੈਣ ਜੀ ਇੱਥੇ ਹੀ ਆ ਅੱਛਾ ਪਰ ਦੂਰ ਸਾਡੇ ਕੋਲ ਇੱਥੇ ਰਹਿੰਦੇ ਸੀਗੇ ਅਸੀਂ ਆਪ ਉੱਥੇ ਰਹਿੰਦੇ ਆ ਤੇ ਇਹ ਵਿਚਾਰਾ ਕੰਮ ਕਰਦੇ ਸਵੇਰ ਸਵੇਰ ਘਰ ਦਾ ਇੱਕ ਕਰਕੇ ਆਉਂਦਾ ਹੀ ਤੁਰਿਆ ਪਤਾ ਨਹੀਂ ਪੀ ਕਾਤੇ ਸੀਗਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸੀ ਅੱਛਾ ਜੀ ਤੇ ਰਾਤੀ ਕਿੰਨੇ ਕੁ ਵਜੇ ਹੋਈ ਹੈ ਡੈਥ ਜੀ ਐਸਾ ਪਤਾ ਨਹੀਂ ਸਾਨੂੰ ਸਵੇਰੇ ਪਤਾ ਲੱਗਾ ਵਾ ਸਵੇਰੇ ਸਾਨੂੰ 5 ਵਜੇ ਪਤਾ ਲੱਗਾ ਸਾਰਿਆਂ ਨੂੰ ਸਵੇਰੇ ਪਤਾ ਲੱਗਾ ਜਿੰਨਾ ਭਈਏ ਦਾ ਕੀ ਨਾਮ ਸੀ ਪ੍ਰਮੋਦ ਪ੍ਰਮੋਦ ਸੀਗਾ ਓਕੇ ਜੀ ਹਾਂਜੀ ਚਿਰਦਾ ਵਾ ਇਹ ਇੱਥੋਂ ਚਲੇ ਗਏ ਆ ਇਹ ਆ ਘਰ ਉਹਨਾਂ ਨੂੰ ਦੇ ਗਏ ਤੇ ਆਪ ਇਹਨਾਂ ਨੂੰ ਉੱਥੇ ਚਲੇ ਗਏ ਉੱਥੇ ਰਹਿਣ ਵਾਸਤੇ ਸਾਥ ਦਿੱਤਾ ਇਹਨਾਂ ਨੇ ਉਸ ਤਰ੍ਹਾਂ ਇਹਨਾਂ ਦੇ ਨਾਲ ਨਹੀਂ ਸੀ ਲੱਗਾ ਹੋਣਾ